हेलो जसप्रीत, माय नेम इज अमरजोत। आई एम टॉकिंग टू यू फ्रॉम एडमंटन। अपना पूरा नाम दसो ते केड़े शहर तो कॉल कर रहे हो? ਸਤਿ ਸ਼੍ਰੀ ਅਕਾਲ ਸਰ, ਮੇਰਾ ਪੂਰਾ ਨਾਮ ਜਸਪ੍ਰੀਤ ਸਿੰਘ ਵਾਲੀਆ ਹੈ। ਮੈਂ ਚੰਡੀਗੜ੍ਹ ਸ਼ਹਿਰ ਤੋਂ ਕਾਲ ਕਰ ਰਿਹਾ ਤੁਹਾਨੂੰ। ਗੁੱਡ, ਜਸਪ੍ਰੀਤ ਵਾਲੀਆ। ਹਾਂਜੀ ਸਰ। ਅੱਛਾ, ਬੋਲੋ ਜੀ, ਬੋਲੋ। ਸਰ, ਇੱਦਾਂ ਹੈ ਕਿ ਮੇਰੀ ਨਾ ਵਾਈਫ ਹੈ ਜੋ ਕੈਨੇਡਾ ਗਈ ਸੀ ਨਵੰਬਰ ਇਨਟੇਕ ਦੇ ਵਿੱਚ ਪ੍ਰਾਈਵੇਟ ਕਾਲਜ 'ਚ, ਐਂਡ ਉਸ ਤੋਂ ਬਾਅਦ ਸਰ ਉਹਨੇ ਉੱਥੇ ਜਾ ਕੇ ਕਾਲਜ ਚੇਂਜ ਕਰ ਲਿਆ। ਪ੍ਰਾਈਵੇਟ ਕਾਲਜ 'ਚ ਉਹਨੇ ਐਡਮਿਸ਼ਨ ਹੀ ਲਿੱਤੀ, ਅਤੇ ਉਸ ਤੋਂ ਬਾਅਦ ਉਹਨੇ ਪਬਲਿਕ ਕਾਲਜ 'ਚ ਜੁਆਇਨ ਕਰ ਲਿਆ ਸੀ ਜੈਨ ਤੋਂ 2020 ਤੋਂ। ਐਂਡ ਮੇਰਾ ਸਰ ਉਹਦੇ ਨਾਲ 3-4 ਸਾਲ ਤੋਂ ਰਿਲੇਸ਼ਨ ਸੀ, ਐਂਡ ਸਾਡੀ ਲਵ ਮੈਰਿਜ ਸੀ। ਐਂਡ ਉਹ ਜਿਹੜਾ ਉਹਦਾ ਜਿਹੜਾ ਉਹਦੀ ਹਿੰਦੂ ਕਾਸਟ ਤੋਂ ਬਿਲੋਂਗ ਕਰਦੀ ਹੈ ਸਰ, ਹਿੰਦੂ ਰਿਲੀਜਨ ਤੋਂ, ਅਤੇ ਮੈਂ ਸਰ ਸਿੱਖ ਰਿਲੀਜਨ ਤੋਂ ਬਿਲੋਂਗ ਕਰਦਾ। ਹੁਣ ਸਰ ਇਹਦੇ ਵਿੱਚ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਸੀ ਵੀ ਜਿਵੇਂ ਆਪਾਂ ਮਤਲਬ ਹੁਣ ਕੋਈ ਕਹਿ ਰਹੇ ਸੀ ਕਿ ਬੜੇ ਮਤਲਬ ਬੜੇ ਇਸ਼ੂ ਹੈ ਕਿ ਕੋਈ ਕਹਿੰਦੇ ਵੀ ਕਾਸਟ ਦਾ ਚੱਕਰ ਪੈਂਦਾ ਜਾਂ ਰਿਲੀਜਨ ਦਾ ਚੱਕਰ ਪੈਂਦਾ ਆ, ਹੈ ਨਾ, ਅਤੇ ਕਾਲਜ ਚੇਂਜ ਕੀਤਾ ਉਹ ਚੱਕਰ ਪੈਂਦਾ ਹੈ ਸਰ। ਮੈਂ ਉਹਦੇ ਬਾਰੇ ਮਤਲਬ ਥੋੜ੍ਹਾ ਤੁਹਾਡੇ ਨਾਲ ਡਿਸਕਸ ਕਰਨਾ ਸੀ ਫਾਈਲ ਦੇ ਰਿਗਾਰਡਿੰਗ ਨਾ। ਓਕੇ, ਸੋ ਆਪਾਂ ਜਿਹੜੇ ਜੋ ਇਸ਼ੂਜ਼ ਹੈ ਆਪਾਂ ਨੂੰ ਸੈਪਰੇਟਲੀ ਕੇ ਕਰਕੇ ਉਹਦੇ ਵਿੱਚ ਕਰਦੇ ਹਾਂ ਵਿਚਾਰ। ਤੁਹਾਡੀ ਮੈਰਿਜ ਕਦੋਂ ਹੋਈ ਹੈ? ਸਰ ਮੇਰੀ ਮੈਰਿਜ ਹੋਈ ਹੈ ਸਰ ਅਕਤੂਬਰ 2019 ਦੇ ਵਿੱਚ। ਅਤੇ ਉਹ ਉਹ ਕਦੋਂ ਲੈ ਕੇ ਵੀਜ਼ਾ ਗਈ ਹੈ? ਨਵੰਬਰ ਦੇ ਵਿੱਚ ਸਰ, ਅਪਰੋਕਸੀਮੇਟਲੀ 26 ਤਾਰੀਖ। ਆਫਟਰ ਮੈਰਿਜ? ਆਫਟਰ ਮੈਰਿਜ ਸਰ, ਸ਼ੀ ਇਜ਼ ਆਫਟਰ ਮੈਰਿਜ ਐਜ਼ ਅ ਮੈਰਿਡ ਐਪਲੀਕੈਂਟ। ਨਹੀਂ ਸਰ, ਜਿਹੜੀ ਮੇਰੀ ਮੈਰਿਜ ਹੋਈ ਹੈ ਉਹ ਆਫਟਰ ਵੀਜ਼ਾ ਹੋਈ ਹੈ। ਆਫਟਰ ਵੀਜ਼ਾ ਹੋਈ ਹੈ? ਅੱਛਾ, ਹਾਂਜੀ। ਸੋ ਫਿਰ ਇਹਨਾਂ ਨੇ ਅਪਡੇਟ ਕਰਾ ਲਿਆ ਐਮਬੈਸੀ ਨੂੰ ਕਿ ਮੈਂ ਮੈਰਿਡ ਹੋ ਗਈ? ਹਾਂਜੀ, ਨਹੀਂ, ਹਾਂ ਬਿਲਕੁਲ ਸਰ, ਉਹ ਕਰਵਾ ਲਿਆ ਸੀ। ਐਂਡ ਸਰ ਜਿਹੜਾ ਪਹਿਲਾ ਇਨਟੇਕ ਸੀ ਉਹ ਅਕਤੂਬਰ ਇਨਟੇਕ ਸੀ, ਫਿਰ ਕਾਲਜ ਨੂੰ ਮੇਲ ਕਰਕੇ ਉਹ ਨਵੰਬਰ ਇਨਟੇਕ ਕੀਤਾ, ਐਂਡ ਉਸ ਦੇ ਬਿਟ। ਹਾਂਜੀ ਸਰ, ਕੋਈ ਚੱਕਰ ਨਹੀਂ, ਦੈਟਸ ਦੋਜ਼ ਆਰ ਨਾਨ ਐਸੈਂਸ਼ੀਅਲ ਇਸ਼ੂਜ਼। ਬਾਕੀ ਇਫ ਯੂ ਆਰ ਲੀਗਲੀ ਮੈਰਿਡ, ਤੁਹਾਡੇ ਕੋਲ ਮੈਰਿਜ ਰਿਲੇਸ਼ਨਸ਼ਿਪ ਦਾ ਪ੍ਰੂਫ ਹੈ, ਲੈਟ ਹਰ ਅਪਲਾਈ ਫੋਰ ਯੋਰ ਓਨ ਸਪਾਊਸ ਵੀਜ਼ਾ। ਤੁਹਾਡੇ ਹਸਬੈਂਡ ਦਾ ਵੀਜ਼ਾ ਲਈ ਅਪਲਾਈ, ਸ਼ੀ ਸ਼ੁੱਡ ਅਪਲਾਈ ਔਨਲਾਈਨ। ਬਾਕੀ ਜੋ ਰੇਸ ਦਾ ਇਸ਼ੂ ਹੈ, ਰਿਲੀਜਨ ਦਾ ਇਸ਼ੂ ਹੈ, ਬਾਕੀ ਜਿਹੜੇ ਮਿਸਮੈਚ ਹੈ ਬੈਕਗਰਾਊਂਡ, ਇਟ ਵਿਲ ਬੀ ਅ ਸਮਾਲ ਫੈਕਟਰ, ਬਟ ਇਟਸ ਨਾਟ ਅ ਲੌਂਗ ਫੈਕਟਰ, ਲੌਂਗ ਟਰਮ ਇਹਦਾ ਇਫੈਕਟ ਨਹੀਂ ਹੈ। ਐਜ਼ ਲੌਂਗ ਐਜ਼ ਦੇ ਕੈਨ ਸੀ ਕਿ ਤੁਹਾਡਾ ਰਿਲੇਸ਼ਨਸ਼ਿਪ ਜੈਨੂਇਨ ਹੈ, ਤੁਹਾਡੇ ਕੋਲ ਸਬੂਤ ਹੈ, ਜਿਹੜੇ ਜਦੋਂ ਤੁਹਾਡੀ ਜਿਹੜੀ ਲਵ ਸ਼ੁਰੂ ਲਵ ਰਿਲੇਸ਼ਨਸ਼ਿਪ ਸ਼ੁਰੂ ਹੋਇਆ ਐਂਡ ਆਫਟਰ ਮੈਰਿਜ, that is fine. I have so many examples where religion farak hon de baad bhi lokan nu visa mil gaya hai, te background and you know caste system, these are not very important issues. jehda visa officer dekhde hai ki bhi genuineness of relationship hai ki nahi hai, that is the most important issue here. theek hai sir. sir hon edda hai ki mere kol jidda aapa internet de through mile si, ਅਤੇ ਸ਼ੁਰੂ ਦੇ ਮੇਰੇ ਤੋਂ ਕੋਈ ਇੰਨੀ ਚੈਟ ਅਵੇਲੇਬਲ ਨਹੀਂ ਹੈ। ਹਾਂ, ਬਟ 2018 ਤੋਂ ਬਾਅਦ ਮੇਰੇ ਕੋਲ ਚੈਟ ਅਵੇਲੇਬਲ ਹੈ, ਐਂਡ ਪਿਕਸ ਤਾਂ ਸਾਡੇ ਕੋਲ ਬਹੁਤ ਜ਼ਿਆਦਾ ਹੈ। ਪਿਕਸ ਦਾ ਤਾਂ ਕੋਈ ਇਸ਼ੂ ਨਹੀਂ ਹੈਗਾ ਸਰ, ਜੋ ਆਪਾਂ ਟਰੈਵਲ ਟਰੂਵਲ ਕੀਤਾ ਆਪਾਂ ਉਹਦੀ ਵੀ ਮੇਰੇ ਕੋਲ ਸਾਰੀ ਹਿਸਟਰੀ ਪਈ ਆ। ਠੀਕ ਹੈ ਸਰ। ਸਰ ਸੈਕਿੰਡ ਥਿੰਗ ਇਹ ਹੈ ਕਿ ਜਿਵੇਂ ਹੁਣ ਫੰਡ ਹੈ ਸਰ, ਮੈਂ ਮਤਲਬ ਤੁਹਾਨੂੰ ਫਰੈਂਕਲੀ ਸਪੀਕਿੰਗ, ਮੈਂ ਜਿਹੜੀ ਜੋਬ ਹੈ ਮੈਂ 2019 ਫੈਬ ਦੇ ਵਿੱਚ ਕਰ ਰਿਹਾ ਸੀ। ਉਸ ਤੋਂ ਬਾਅਦ ਮੈਂ ਵੀ ਮੈਂ ਬਾਹਰ ਜਾਣ ਲਈ ਪਹਿਲਾਂ ਮੈਂ ਅਪਲਾਈ ਕਰ ਰਿਹਾ ਸੀ, ਤਾਂ ਮੈਂ ਜੋਬ ਆਪਣੀ ਲੀਵ ਕਰਤੀ ਸੀ। ਉਸ ਤੋਂ ਬਾਅਦ ਇਹ ਸੀ ਕਿ ਮੇਰੇ ਜਿਹੜੇ ਰੀਅਲ ਬ੍ਰਦਰ ਦੀ ਕੰਪਨੀ ਹੈ ਉਹਦੇ ਵਿੱਚ, ਉਹਦੇ ਥਰੂ ਮੈਂ ਨਾ ਸੈਲਰੀ ਪਵਾਉਣ ਲੱਗ ਗਿਆ। ਉਹਦੀ ਫਾਰਮ ਸੀ 7-8 ਬੰਦਿਆਂ ਦੀ, ਅਤੇ ਉਹਦੇ ਥਰੂ ਮੈਂ ਉਹ 'ਚੋਂ ਸੈਲਰੀ ਪਵਾਉਣੀ ਸ਼ੁਰੂ ਕਰਤੀ ਸੀ ਆਪਣੇ ਅਕਾਊਂਟ ਦੇ ਵਿੱਚ। ਸੋ ਉਹਦੇ ਲਈ ਕਿ ਮੈਂ ਮਤਲਬ ਰਿਕੁਐਸਟ ਹੈ, ਮੈਂ ਕਲੀਅਰ ਥੋੜ੍ਹਾ ਕਲੀਅਰ ਕਰਦੇ ਹਾਂ। ਤੁਹਾਡੀ ਜਿਹੜੀ ਐਪਲੀਕੇਸ਼ਨ ਲੱਗਣੀ ਹੈ ਸਪਾਊਸ ਓਪਨ ਵੀਜ਼ਾ ਦੀ, ਤੁਹਾਡੇ ਜਿਹੜੇ ਇੱਕ ਇਸਟੈਬਲਿਸ਼ਮੈਂਟ ਨੂੰ ਉਹਨਾਂ ਨੇ ਚੈੱਕ ਕਰਨਾ ਜ਼ਰੂਰ ਹੈ। ਇਸਟੈਬਲਿਸ਼ਮੈਂਟ ਦਾ ਮਤਲਬ ਸਿਰਫ ਇੰਨਾ ਹੀ ਹੈ ਕਿ ਬਈ ਵਟ ਇਜ਼ ਯੋਰ ਇੰਪਲੋਇਮੈਂਟ ਸਿਚੁਏਸ਼ਨ। ਅਗਰ ਜੇ ਤੁਸੀਂ ਕੰਮ ਕਰ ਰਹੇ ਹੋ, ਤੁਹਾਡੇ ਜੋਬ ਲੈਟਰ ਲੱਗੇਗਾ, ਸੈਲਰੀ ਸੈਲਰੀ ਸਲਿੱਪ ਦੇ ਪਰੂਫ ਲੱਗਣੇ ਹੈ, ਸੈਲਰੀ ਡਿਪੋਜ਼ਿਟ ਹੋ ਰਹੀ ਔਨਲਾਈਨ ਕਿੰਨੀ ਹੋ ਰਹੀ ਹੈ, ਵੀ ਨੀਡ ਟੂ ਦੇ ਨੀਡ ਟੂ ਸੀ ਦੋਸ ਪਰੂਫ। ਜਿੰਨੀ ਵੀ ਤੁਹਾਡੀ ਤਨਖਾਹ ਬਣ ਰਹੀ ਹੈ, ਤਨਖਾਹ ਕਿੰਨੀ ਬਣ ਰਹੀ ਹੈ? 20-25 ਹਜ਼ਾਰ ਸਰ, 25,000 ਰੁਪਏ ਮੈਂ। ਹਾਂਜੀ, 25,000 25,000 ਕਰੀਬ 3 ਲੱਖ ਰੁਪਏ ਸਾਲ ਦੀ ਬਣ ਰਹੀ ਹੈ। ਹਾਂਜੀ ਬਿਲਕੁਲ ਸਰ, ਕਰੀਬ ਕਰੀਬ। ਸੋ ਬਿਲਕੁਲ 3 ਲੱਖ ਦੇ ਤੁਹਾਡੇ ਕੋਲ ITR ਹੋਣੇ ਜ਼ਰੂਰੀ ਹੈ, ਐਟਲੀਸਟ ਫੋਰ ਦੈਟ ਟਾਈਮ ਪੀਰੀਅਡ। ਠੀਕ ਹੈ ਸਰ। ਠੀਕ ਹੈ, ਫਿਰ ਜੋ ਜੋ ਤੁਸੀਂ ਤਨਖਾਹ ਜਮ੍ਹਾਂ ਕਰਦੇ ਹੋ ਬੈਂਕ ਸਟੇਟਮੈਂਟ ਵਿੱਚ ਜਮ੍ਹਾਂ ਕਰਦੇ ਹੋ, ਆਈ ਐਮ ਸ਼ੋਰ ਕਿ ਬੈਂਕ ਸਟੇਟਮੈਂਟ ਇਜ਼ ਇਨਕਰੀਜ਼ਿੰਗ, ਤੁਹਾਡੇ ਫੰਡਸ ਇੰਪਰੂਵ ਹੋ ਰਹੇ ਹੈ। ਸੋ ਵੀ ਐਕਸਪੈਕਟ ਕਿ ਉਹਦੇ ਅਕੋਰਡਿੰਗ ਤੁਹਾਡੇ ਕੋਲ ਫੰਡਸ ਵੀ ਮੈਚਿੰਗ ਹੋਣੇ ਜ਼ਰੂਰੀ ਹੈ, ਪੁਰਾਣੇ ਫੰਡਸ, ਨਵੇਂ ਫੰਡਸ ਨਹੀਂ। So, in your situation, we are looking at close to between 3 to 4 lakh rupees. That equal fund situation honi chahiye. You know, like stable history. Any ek bhi
6 ਮਹੀਨੇ ਪਹਿਲਾਂ 0 ਸੀ ਹੁਣ ਇਕੱਠੇ ਤੁਸੀਂ ਪਾ ਲਏ ਕਿ ਇਸ ਤਰ੍ਹਾਂ ਨਹੀਂ ਹੈ ਪੂਰਾ ਯੂਨੀਅਨ ਸਟੇਬਲ ਸਰ ਮੈਂ ਫੰਡ ਦਾ ਵੀ ਤੁਹਾਨੂੰ ਦੱਸਦਾ ਸਰ ਜਿਵੇਂ ਮੈਂ ਜਦੋਂ ਜੋਬ ਕਰਦਾ ਸੀ ਉਦੋਂ ਮਤਲਬ ਹੁਣ ਵੀ ਜਿੱਦਾਂ ਆਪਾਂ ਸ਼ੋ ਕਰ ਹੀ ਰਿਹਾ ਤੇ ਉਹਦੇ ਵਿੱਚ ਇਹਦਾ ਸੀ ਕਿ ਮੇਰੇ ਕੋਲ 1 ਲੱਖ ਰੁਪਇਆ ਫੰਡ ਸੀ ਪਰ ਉਹ ਇੱਦਾਂ ਸੀ ਕਿ ਮੈਂ 25,000 ਕਦੀ 20,000 ਮੇਰੇ ਕੋਲ ਉਦੋਂ FDs ਸੀ ਆਫਟਰ ਸਰ ਜਦੋਂ ਮੇਰੀ ਵਾਈਫ ਗਈ ਤੇ ਮੈਨੂੰ ਕਿਸੇ ਨੇ ਕਿਹਾ ਕਿ ਫੰਡ ਪਵਾਉਣੇ ਜ਼ਰੂਰੀ ਹੈ ਤਾਂ ਮੈਂ ਆਪਣੇ ਫਾਦਰ ਤੋਂ ਮੇਰੇ 2 ਅਕਾਊਂਟ ਚੱਲਦੇ ਪਏ ਸਰ ਤੇ ਉਹਦੇ ਵਿੱਚੋਂ 1 ਅਕਾਊਂਟ 'ਚ ਮੈਂ 2 ਲੱਖ ਪਵਾਇਆ 1 ਅਕਾਊਂਟ 'ਚ ਮੈਂ 1 ਲੱਖ ਪਵਾਇਆ ਹੁਣ ਮੈਨੂੰ ਸਰ ਇਹ ਨਹੀਂ ਪਤਾ ਕਿ ਮੈਂ ਡਿਸੀਜਨ ਠੀਕ ਲਿੱਤਾ ਪਵਾ ਕੇ ਜਾਂ ਮੈਨੂੰ ਹੌਲੀ ਹੌਲੀ ਪਵਾਉਣੇ ਚਾਹੀਦੇ ਸੀ ਪਰ ਇਹ ਹੈ ਕਿ ਮੈਂ ਉਹਨਾਂ ਦੇ ਜਿਹੜੇ ਪੈਸੇ ਪਵਾਏ ਮੈਂ ਚੈੱਕ ਦੇ ਥਰੂ ਪਵਾਏ ਆ ਦੈਟਸ ਫਾਈਨ ਦੈਟ ਇਜ਼ ਓਕੇ ਜੋ ਪਰਸਨਲ ਤੁਹਾਡੀ ਬੈਂਕ ਸਟੇਟਮੈਂਟ ਉਹਦੇ ਵਿੱਚ ਅਗਰ ਜੇ ਮਿਸਲੀਨੀਅਸ ਅਗਰ ਡੈਬਿਟ ਕ੍ਰੈਡਿਟ ਹੋ ਰਹੇ ਹੈ ਐਜ਼ ਲੌਂਗ ਐਜ਼ ਯੂ ਕੈਨ ਸ਼ੋ ਐਂਡ ਪ੍ਰੂਵ ਇਟ ਟੂ ਦ ਵੀਜ਼ਾ ਆਫਿਸਰ ਕਿ ਇਹ ਕਿੱਥੋਂ ਆਏ ਹੈ ਸੋ ਦੇਰ ਇਜ਼ ਨਾਟ ਮਚ ਆਫ ਅ ਹਰਡਲ ਮੈਂ ਇੱਕ ਵਾਰ ਦੁਬਾਰਾ ਇਹਨੂੰ ਰਿਪੀਟ ਕਰਦੇ ਹਾਂ ਸਮਰਾਈਜ਼ ਕਰਦੇ ਹਾਂ ਅਤੇ ਨੋਟ ਕਰ ਲਓ ਜੋਬ ਲੈਟਰ ਬਹੁਤ ਜ਼ਰੂਰੀ ਹੈ ਠੀਕ ਹੈ ਸਰ ਸੈਲਰੀ ਸਲਿੱਪ ਅਗਰ ਹੈ ਤਾਂ ਉਹ ਜ਼ਰੂਰੀ ਹੈ ਨਹੀਂ ਤਾਂ ਪੇ ਸਲਿੱਪਸ ਵਗੈਰਾ ਉਹਨਾਂ ਤੋਂ ਕੰਪਨੀ ਤੋਂ ਚਾਹੀਦੀ ਹੋਣਗੀ ਜ਼ਰੂਰ ਫਿਰ ਉਹ ਜਿੰਨੀ ਵੀ ਤਨਖਾਹ ਆ ਰਹੀ ਹੈ ਇਟ ਮਸਟ ਬੀ ਆਈਡੀਅਲੀ ਸ਼ੋਨ ਐਜ਼ ਅ ਡਿਪੋਜ਼ਿਟ ਇਨ ਟੂ ਯੋਰ ਅਕਾਊਂਟ ਸੋ ਤਾਂ ਪਤਾ ਲੱਗੇ ਕਿ ਵੀ ਉਹ ਡਿਪੋਜ਼ਿਟ ਇਨਕਰੀਜ਼ ਹੋ ਰਿਹਾ ਉਹਦੇ ਇਲਾਵਾ ਅਗਰ ਹੋਰ ਤੁਸੀਂ ਕੁਛ ਫਾਦਰ ਤੋਂ ਜਾਂ ਕਿਸੇ ਹੋਰ ਤੋਂ ਕ੍ਰੈਡਿਟ ਕਰਵਾਇਆ ਇਨ ਦ ਬੈਂਕ ਸਟੇਟਮੈਂਟ ਯੂ ਸ਼ੁਡ ਪ੍ਰਿੰਟ ਕਲੀਅਰਲੀ ਕਿ ਵਿਦ ਦਿਸ ਮਨੀ ਇਜ਼ ਫਰੋਮ ਵੇਅਰ ਇਨ ਫਿਊਚਰ ਆਲਸੋ ਤੁਸੀਂ ਆਪਣੇ ਬੈਂਕ ਦੇ ਜਿਹੜੇ ਡਿਪੋਜ਼ਿਟ ਹੋ ਰਹੇ ਹੈ ਫਾਦਰ ਤੋਂ ਉਹਨਾਂ ਦੇ ਬਾਰੇ ਆਪਣੇ ਫਾਦਰ ਤੋਂ ਇੱਕ ਚਿੱਠੀ ਵੀ ਇੱਕ ਲਿਖਵਾ ਸਕਦੇ ਹੋ ਕਿ ਬਈ I have given this money to my son, you know, for the future. So that's fine. ਠੀਕ ਹੈ ਸਰ ਚਲੋ ਠੀਕ ਹੈ ਸਰ ਸਰ ਅਤੇ ਤੀਸਰਾ ਸਰ ਮੇਰਾ ਕੁਸ਼ਚਨ ਇਹ ਸੀ ਕਿ ਜਿਵੇਂ ਮੇਰੇ ਜਦੋਂ ਮੈਰਿਜ ਹੋਈ ਉਹਦੇ ਵਿੱਚ ਮੇਰੇ ਰਿਲੇਟਿਵ ਨਹੀਂ ਕੋਈ ਆਏ ਮੇਰੇ ਸਿਰਫ ਫਰੈਂਡ ਸਰਕਲ ਦੇ ਵਿੱਚ ਹੋਈ ਆ ਅਤੇ ਮੇਰੇ ਮਦਰ ਫਾਦਰ ਆਏ ਕੁੜੀ ਦੇ ਮਦਰ ਫਾਦਰ ਆਏ ਆ ਮਤਲਬ ਹੋਈ ਕੋਈ ਚੱਕਰ ਨਹੀਂ ਸਰ ਉਹ ਮਤਲਬ ਦੋਨਾਂ ਦੀ ਰਾਜਾਮੰਦੀ ਨਾਲ ਹੀ ਹੋਈ ਸੀ ਸੋ ਮੈਨੂੰ ਸਰ ਕੋਈ ਇਸ਼ੂ ਤਾਂ ਨਹੀਂ ਪਊਗਾ ਕਿ ਉਹਦੇ ਵਿੱਚ ਰਿਲੇਟਿਵ ਨਹੀਂ ਆਏ ਜਾਂ ਉਹਦੇ ਵਿੱਚ ਰਿਲੇਟਿਵ ਨਹੀਂ ਆਈ ਯੰਗਸਟਰ ਹੀ ਸਾਰੇ ਉਹਦੇ ਵਿੱਚ ਇਸ਼ੂ ਹੁੰਦਾ ਜ਼ਰੂਰ ਹੈ ਲਵ ਮੈਰਿਜ ਕੋਈ ਵੀ ਮੈਰਿਜ ਹੋ ਮੈਰਿਜ ਸੈਰੇਮਨੀ ਦੀ ਫੋਟੋਜ਼ ਜ਼ਰੂਰ ਪਰਟੀਕੁਲਰਲੀ ਉਹ ਦੇਖਦੇ ਹਾਂ ਕਿ ਮੈਰਿਜ ਦੇ ਵਿੱਚ ਕੌਣ ਕੌਣ ਆਇਆ ਮੈਰਿਜ ਸੈਰੇਮਨੀ ਪ੍ਰੋਪਰ ਅਕੋਰਡਿੰਗ ਟੂ ਦ ਸਿਸਟਮ ਜਿਹੜੀ ਹੋਈ ਹੈ ਕਿ ਨਹੀਂ ਹੋਈ ਹੈ ਦਿਸ ਇਜ਼ ਅ ਵੈਰੀ ਯੂਨੀਕ ਪੁਆਇੰਟ ਦੈਟ ਦੇ ਆਈ ਹੈਵ ਸੋ ਮੈਨੀ ਐਗਜ਼ਾਮਪਲਸ ਵੇਅਰ ਦ ਰਿਲੀਜੀਅਸ ਸੈਰੇਮਨੀ ਵਾਜ਼ ਨਾਟ ਪਰਫੈਕਟ ਐਂਡ ਦੇ ਹੈਵ ਕ੍ਰੀਏਟਿਡ ਆਬਜੈਕਸ਼ਨਸ ਵੀ ਮੈਰਿਜ ਕਿ ਨਹੀਂ ਹੋਈ ਅਗਰ ਜੇ ਮੈਰਿਜ ਸੈਰੇਮਨੀ ਹੋਈ ਹੈ ਮੈਰਿਜ ਸੈਰੇਮਨੀ ਦੀ ਫੋਟੋ ਦਿਖਾਓ ਜੋ ਲੋਕ ਆਏ ਹੈ ਫੋਟੋ ਵਿੱਚ ਕਲੀਅਰਲੀ ਵਿਜ਼ੀਬਲ ਹੋਣਾ ਚਾਹੀਦਾ ਕਿ ਇਹ ਲੋਕ ਆਏ ਹੈ ਜੋ ਲੋਕ ਨਹੀਂ ਆਏ ਹੈ ਯੂ ਨੀਡ ਟੂ ਪ੍ਰੋਵਾਈਡ ਜਸਟੀਫਿਕੇਸ਼ਨ ਇਹ ਕਿਉਂ ਨਹੀਂ ਆਏ ਕਿਹੜੇ ਸਰਕਮਸਟਾਂਸਿਸ ਕਰਕੇ ਉਹ ਨਹੀਂ ਆ ਸਕੇ ਯੂ ਨੀਡ ਟੂ ਪ੍ਰੋਵਾਈਡ ਦਮ ਐਕਸਪਲੇਨੇਸ਼ਨ ਇਹ ਸਾਰੇ ਇਨਫੈਕਟ ਆਪਣੀ ਜਿੱਥੋਂ ਵੀ ਤੁਹਾਡੀ ਜਿਹੜੀ ਲਵ ਮੈਰਿਜ ਸ਼ੁਰੂ ਹੋਈ ਹੈ ਜਿੰਨੇ ਸਾਲ ਤੋਂ ਪਹਿਲਾਂ ਰਿਲੇਸ਼ਨਸ਼ਿਪ ਦੇ ਬਾਰੇ ਹੁਣ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਆਪਣਾ ਇੱਕ ਕੰਪੋਜੀਸ਼ਨ ਲਿਖਣਾ ਸ਼ੁਰੂ ਕਰ ਦਿਓ ਵਿਚ ਇਜ਼ ਆਲਸੋ ਕਾਲ ਮੈਨੀ ਪੀਪਲ ਕਾਲ ਇਜ਼ ਕਵਰ ਸਟੋਰੀ ਬਟ ਜਸਟ ਲਾਈਕ ਰਿਲੇਸ਼ਨਸ਼ਿਪ ਸਟੋਰੀ ਇਹ ਲਿਖਣਾ ਸ਼ੁਰੂ ਕਰ ਦਿਓ ਕਿ ਵੀ ਅਸੀਂ ਕਿਸ ਤਰ੍ਹਾਂ ਮਿਲੇ ਕਿਸ ਤਰ੍ਹਾਂ ਦੇ ਸਾਡੀ ਆਬਜੈਕਸ਼ਨ ਲੋਕਾਂ ਨੇ ਕ੍ਰੀਏਟ ਕੀਤੇ ਹੈ ਫਿਰ ਕਿਹੜੀ ਕਿਹੜੀ ਡਿਫਿਕਲਟੀ ਕਰਕੇ ਫਿਰ ਅਸੀਂ ਇਸ ਤਰ੍ਹਾਂ ਦਾ ਸਟੈਪ ਲਿਆ ਇਹ ਸਾਰਾ ਲਿਖਣਾ ਸ਼ੁਰੂ ਕਰ ਦਿਓ ਉਹਦੇ ਵਿੱਚ ਸਾਰਾ ਉਹ ਵੀ ਇਨਕਲੂਡ ਆ ਜਾਏਗਾ ਕਿ ਵੀ ਕਿਹੜੇ ਕਿਹੜੇ ਲੋਕ ਆਏ ਹੈ ਕਿਹੜੇ ਕਿਹੜੇ ਲੋਕ ਸ਼ਾਮਿਲ ਸਨ ਉਸ ਸੈਰੇਮਨੀ ਦੇ ਵਿੱਚ ਠੀਕ ਹੈ ਸਰ ਤੇ ਸਰ ਇੱਕ ਨਾ ਮੇਰੀ ਉੱਥੇ ਜਿਹੜੀ ਵਾਈਫ ਆ ਉੱਥੇ ਹੁਣ ਉਹ ਕੋਈ ਕੰਮ ਨਹੀਂ ਕਰਦੀ ਉਹ ਜਦੋਂ ਦੀ ਉੱਥੇ ਗਈ ਉਹ ਫ੍ਰੀ ਹੈ ਸਰ ਇਹ ਕੋਈ ਹਰਡਲਸ ਨਹੀਂ ਕ੍ਰੀਏਟ ਕਰਨਗੇ ਜਿਵੇਂ ਲੋਕ ਕਹਿੰਦੇ ਕਿ ਉੱਥੇ ਇਟਸ ਨਾਟ ਅ ਬਿਗ ਹਰਡਲ ਐਟ ਆਲ ਇਨਫੈਕਟ ਮੈਨੀ ਸਟੂਡੈਂਟਸ ਆਰ ਨਾਟ ਐਕਸਪੈਕਟਿਡ ਟੂ ਵਰਕ ਅਗਰ ਜੇ ਵਰਕ ਕਰ ਰਹੇ ਹਨ ਤੇ ਦੈਟਸ ਫਾਈਨ ਦੈਟ ਇਜ਼ ਅਨ ਆਕਸਲਰੀ ਪਰ ਇਸ ਵਕਤ ਤੇ ਵੈਸੇ ਹੀ ਕੰਮ ਨਹੀਂ ਹੈ ਸੋ ਆਈ ਡੋਨਟ ਐਕਸਪੈਕਟ ਦੈਟ ਦੇ ਵਿਲ ਲੁੱਕ ਫੋਰ ਹਰ ਫਾਈਨੈਂਸ਼ੀਅਲ ਪੋਜੀਸ਼ਨ ਐਜ਼ ਵੈਲ ਇਨਫੈਕਟ ਕਿ ਤੁਹਾਡੇ ਕੋਲ ਪੈਸਾ ਹੋਣਾ ਜ਼ਰੂਰੀ ਹੈ ਯੂ ਮਸਟ ਹੈਵ ਇਨਫ ਫੰਡਸ so that you if you get the visa you can carry to Canada and then you know you can support your wife theek hai sir baki sab jehdi marriage di pics wagera oh ta professionally camera nal hi hoyi hai videos wagera ve sab kuch available hai koi issue nahi bas ehi hai ki sade mere koi relative ode vich available nahi si sir mere friends it is not a big issue relatives agar je aunde hain to theek hai it shows that the two families are integrated par agar je nahi aunde it's not I mean this is a minor irritation but you know it can be explained unu dassya ja sakda ਠੀਕ ਹੈ ਸਰ ਠੀਕ ਹੈ ਬਾਕੀ ਸਰ ਜਿੱਦਾਂ ਹੁਣ ਇੱਥੇ ਪੰਜਾਬ ਦੇ ਵਿੱਚ ਜਿਵੇਂ ਮੋਸਟਲੀ ਲੋਕ ਕਹਿੰਦੇ ਕਿ ਜਿਹੜੀ ਆਫਟਰ ਸਮੈਸਟਰ ਹੀ ਫਾਈਲ ਲਾਉਣੀ ਚਾਹੀਦੀ ਹੈ ਮੇਰਾ ਵੈਸੇ ਸਮੈਸਟਰ ਉਹਦਾ ਕੰਪਲੀਟ ਹੋ ਚੁੱਕਿਆ ਹੈ ਹੁਣ ਤਾਂ ਕਰੋਨਾ ਮੈਂ ਵੈਸੇ ਪਹਿਲਾਂ ਲਾਉਣਾ ਚਾਹੁੰਦਾ ਸੀ ਬਟ ਮੈਂ ਕਰੋਨਾ ਕਰਕੇ ਉਹ ਲਾ ਨਹੀਂ ਪਾਇਆ ਹੁਣ ਉਹ ਅਪਰੋਕਸੀਮੇਟਲੀ ਸਰ ਉਹਦਾ ਮਤਲਬ ਸਮੈਸਟਰ ਹੈ ਮੇਰੇ ਖਿਆਲ ਨਾਲ ਹੁਣ ਕੰਪਲੀਟ ਹੋ ਚੁੱਕਾ ਹੋਣਾ ਅਤੇ ਆਉਣ ਵਾਲਾ ਹੋਣਾ ਸਰ ਉਹਦਾ ਰਿਜ਼ਲਟ ਜਿਹੜਾ ਹੈਗਾ ਔਨਲਾਈਨ ਤਾਂ ਸਰ ਉਹਦਾ ਆ ਗਿਆ ਬਟ ਉਹਦੀ ਟਰਾਂਸਕ੍ਰਿਪਟਸ ਆਉਣ ਵਾਲੀਆਂ ਹੋਣਗੀਆਂ ਸੋ ਤਾਂ ਸਰ ਹੁਣ ਸਰ ਕਰੋਨਾ ਕਰਕੇ ਇਜ਼ ਇਸ ਅ ਰਾਈਟ ਟਾਈਮ ਟੂ ਅਪਲਾਈ ਫੋਰ ਅ ਸਪਾਊਸ ਵੀਜ਼ਾ ਔਰ ਸਰ ਸਾਨੂੰ ਵੇਟ ਕਰਨੀ ਚਾਹੀਦੀ ਹੈ ਹੋਰ ਯਾ ਕਰੋਨਾ ਵਾਇਰਸ ਕਰਕੇ ਐਪਲੀਕੇਸ਼ਨ ਦੀ ਟਾਈਮਿੰਗ ਦਾ ਕੋਈ ਲੈਣਾ ਦੇਣਾ ਨਹੀਂ ਹੈ ਯੂ ਕੈਨ ਸਟਿਲ ਪੁੱਟ ਇਨ ਦ ਐਪਲੀਕੇਸ਼ਨ ਉਹਦੀ ਪ੍ਰੋਸੈਸਿੰਗ ਕਦੋਂ ਤੋਂ ਹੋਏਗੀ ਵੀ ਡੂ ਨਾਟ ਨੋ ਪਰ ਇੱਕ ਸਿਚੁਏਸ਼ਨ ਇਹ ਹੈ ਕਿ ਵੀ ਲੋਕ ਸੋਚਦੇ ਹੈ ਕਿ ਵੀ ਅਸੀਂ ਵੇਟ ਕਰ ਜਾਈਏ 3-4 ਮਹੀਨੇ ਬਾਅਦ ਇਕੱਠੀ ਕਰ ਦਿਆਂਗੇ ਮੈਂ ਕਹਿੰਦਾ ਕਿ ਵੀ ਇਟਸ ਨਾਟ ਪੁਆਇੰਟ ਕਿਉਂਕਿ ਫਿਰ
ਸਾਰਾ ਹੜ ਆ ਜਾਣਾ ਐਕਚੁਅਲੀ ਐਪਲੀਕੇਸ਼ਨ ਦਾ, ਇਟ ਡਸਨਟ ਮੇਕ ਐਨੀ ਸੈਂਸ। ਸੋ ਇਸ ਵਕਤ ਅਗਰ ਤੁਸੀਂ ਆਨਲਾਈਨ ਕਰਨੀ ਹੈ, ਕਰਨੀ ਐਪਲੀਕੇਸ਼ਨ ਆਨਲਾਈਨ ਹੈ, ਤੁਸੀਂ ਸਬਮਿਟ ਕਰ ਦੋਗੇ ਅਗਰ, ਇਟ ਵਿਲ ਬੀ ਇਨ ਦਾ ਕਿਊ, ਇਟ ਵਿਲ ਬੀ ਇਨ ਦਾ ਇਨਵੈਂਟੋਰੀ, ਐਂਡ ਵੈਨ ਦਾ ਟਾਈਮ ਕਮਸ ਇਟ ਵਿਲ ਬੀ ਓਪਨਡ ਅਪ। ਕਿਉਂਕਿ ਅੱਜ ਜੋ ਤੁਹਾਡੀ ਜਿਹੜੀ ਸੈਲਰੀ ਪੋਜੀਸ਼ਨ ਹੈ, ਫੰਡ ਪੋਜੀਸ਼ਨ ਹੈ, ਜਾਂ ਤੁਹਾਡੇ ਜਿਹੜੇ ਵਾਈਫ ਦੀ ਸਰੀ ਅਕੈਡਮਿਕ ਪੋਜੀਸ਼ਨ ਹੈ, ਇਟ ਇਜ਼ ਨਾਟ ਗੋਇੰਗ ਟੂ ਚੇਂਜ ਮਚ ਆਫਟਰ 2-3 ਮੰਥਸ। ਬਿਲਕੁਲ ਰਾਈਟ ਸਰ। ਸੋ ਅਗਰ ਜੇ ਤੁਸੀਂ ਅੱਜ ਹੀ ਐਪਲੀਕੇਸ਼ਨ ਲਾ ਦਿਓ, ਇਟ ਇਟ ਹੈਜ਼ ਦਾ ਸੇਮ ਇਫੈਕਟ ਐਜ਼ ਯੂ ਪੁੱਟ ਦਾ ਐਪਲੀਕੇਸ਼ਨ ਆਫਟਰ 4-3 ਮੰਥਸ ਔਰ 4 ਮੰਥਸ। ਠੀਕ ਹੈ ਸਰ। ਸਰ ਜਿਹੜੇ ਆਪਾਂ ਹੁਣ ਸਾਡੇ ਕੋਲ ਕੰਟੈਕਟ ਹਿਸਟਰੀ ਹੈ, ਮੇਰੇ ਕੋਲ ਨਾ ਆਪਾਂ ਜਿਹੜੀ ਸਾਡੀ ਮੋਸਟਲੀ ਗੱਲ ਹੁੰਦੀ ਹੈ ਉਹ ਚੈਟ ਦੇ ਥਰੂ ਹੁੰਦੀ ਹੈ ਜਾਂ ਫਿਰ ਵਟਸਐਪ ਕਾਲ ਦੇ ਥਰੂ ਹੁੰਦੀ ਆ। ਆਪਾਂ ਮਤਲਬ ਦੂਸਰੀ ਕਾਲ ਘੱਟ ਹੀ ਕਰਦੇ ਹਾਂ, ਟੈਲੀਫੋਨਿਕ ਕਾਲ ਜਿਹੜੀ ਘੱਟ ਹੀ ਕਰਦੇ ਹਾਂ। ਉਹ ਸਰ ਕੋਈ ਇਸ਼ੂ ਤਾਂ ਨਹੀਂ, ਮੈਂ ਉਹ ਕਰਾਂ ਜਾਂ ਕਰਨੀ ਸ਼ੁਰੂ ਕਰਦਾ ਹਾਂ? ਨਹੀਂ, ਹੁਣ ਜੇ ਨਹੀਂ ਕੀਤੀ ਹੁਣ ਤੱਕ, ਤਾਂ ਹੁਣ ਕਰਨ ਦਾ ਕੀ ਫਾਇਦਾ ਤਾਂ ਕੁਛ ਹੈ ਨਹੀਂ। ਹੁਣ ਵਟਸਐਪ ਦੀ ਤੁਸੀਂ ਜੋ ਮੇਰੇ ਖਿਆਲ ਇੱਕ ਹੁੰਦਾ ਹੈ ਸਿਸਟਮ ਕਿ ਯੂ ਕੈਨ ਪ੍ਰਿੰਟ ਦਾ ਵਟਸਐਪ ਚੈਟ ਹਿਸਟਰੀ, ਹਾਂਜੀ ਸਰ ਮੈਂ ਕੀਤੀ ਹਾਂ, ਉਹ ਕਰ ਸਕਦੇ। ਉਹ ਤੁਸੀਂ ਸ਼ੁਰੂ ਤੋਂ ਲੈ ਕੇ ਕਰੋ। ਐਜ਼ ਅ ਵੀਜ਼ਾ ਆਫੀਸਰ, ਆਈ ਵੁੱਡ ਲਾਈਕ ਟੂ ਸੀ ਯੋਰ chat history from day one of you know 3 years 4 years from that time jab tusi pehli baar mile us time to contact hua hun us time to leke till now I would like to see the how the communication has changed based on what happened in their life I think that is quite self evident sir ji main tan dassa ki online apa mile si but ek us to baad ek saal di mere ko history nahi kyunki mera mobile jada sir I think kharab ho gaya si te mere ko mislead ho gayi ਬਟ ਆਫਟਰ ਸਰ 2018 ਤੋਂ ਬਾਅਦ ਤਾਂ ਮੇਰੇ ਕੋਲ ਹਿਸਟਰੀ ਸਾਰੀ ਹੈ, ਮੈਂ ਉਹ ਸਾਰੀ ਸੇਵ ਰੱਖੀ ਹੋਈ ਹੈ ਆਪਣੇ ਕੋਲ। ਉਹ ਠੀਕ ਹੈ, ਠੀਕ ਹੈ। ਹਾਂ, ਇਨੀਸ਼ੀਅਲ ਨਹੀਂ ਸਰ ਮੇਰੇ ਕੋਲ ਹੈਗੀ। ਹਾਂ, ਜੋ ਵੀ ਗੈਪ ਹੈ, ਦੈਟ ਇਜ਼ ਵਾਈ ਰਿਲੇਸ਼ਨਸ਼ਿਪ ਹਿਸਟਰੀ ਵਿਲ ਐਕਸਪਲੇਨ ਕਿ ਜੋ ਵਿੱਚ ਕਮੀ ਪੇਸ਼ੀ ਹੈ, ਤੁਹਾਡੇ ਕੋਲ ਇੱਕ ਮੌਕਾ ਹੈ ਕਿ ਤੁਸੀਂ ਉਹਨੂੰ ਐਕਸਪਲੇਨ ਕਰ ਦਿਓ ਕਿ ਵੀ ਤੁਹਾਡੀ ਚੈਟ ਲੋਸਟ ਹੋ ਗਈ ਬਿਕੋਜ਼ ਆਫ ਦਾ ਫੋਨ। ਠੀਕ ਹੈ ਸਰ। ਸਰ ਓਵਰਆਲ ਸਰ ਫਿਰ ਮੈਂ ਮਤਲਬ ਆਪਣੀ ਫਾਈਲ ਲਾ ਸਕਦਾ, ਕੋਈ ਮੈਨੂੰ ਇਸ਼ੂ ਤਾਂ ਨਹੀਂ ਕਿ ਮੈਂ ਵੇਟ ਕਰ ਰਿਹਾ ਹਾਂ? I don't see any problem. You can proceed with your file on your own immediately. Sir, agar main jo thade kol laama sir, mainu I don't know ki mainu itthe puchna theek hai ya nahi theek hai sir, thodi fee structure sir kinna hunda us laan layi? Sir ji, ude bare main kai lokan nu pehla dass chukke hain ki mere to file laan da fayda tuhanu taan hi hoyega jad file tadi refuse ho chuki hai. Okay sir. Main nahi keh reha ki main navi file nahi launda, lekin I want you to save money and you know ਕਿਉਂਕਿ ਇਟ ਇਜ਼ ਵੈਰੀ ਲਾਈਕਲੀ ਕਿ ਕਈ ਵਾਰ ਕੇਸਿਸ ਸਟ੍ਰੇਟ ਫਾਰਵਰਡ ਹੁੰਦੇ ਅਤੇ ਤੁਹਾਡੀ ਫਾਈਲ ਆਪਣੇ ਆਪ ਹੀ ਆਟੋਮੈਟਿਕਲੀ ਅਪਰੂਵ ਹੋ ਕੇ ਆ ਜਾਏਗੀ ਐਂਡ ਯੂ ਹੈਵ ਨੋ ਮਨੀ ਟੂ ਵੇਸਟ। ਹਾਂ, ਜਿਹਨਾਂ ਲੋਕਾਂ ਦੀ ਫਾਈਲਾਂ ਰਿਫਿਊਜ਼ ਹੋ ਗਈਆਂ, ਕਾਫੀ ਮਿਨੀਮਮ 2-3 ਵਾਰ ਰਿਫਿਊਜ਼ ਹੋ ਗਈਆਂ, ਉਹਨਾਂ ਨੂੰ ਇੱਕ ਜ਼ਰੂਰ ਹੈ ਕਿ ਉਹ ਫਾਇਦਾ ਹੋ ਸਕਦਾ ਮੇਰੇ 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 ਥਰੂ ਫਾਈਨ ਲਾਉਣ ਦਾ। ਮੇਰੇ ਕੋਲ ਤਾਂ ਕਈ ਕੇਸਿਸ ਇਸ ਤਰ੍ਹਾਂ ਵੀ ਹੈ ਜਿਹੜੇ 5-6 ਵਾਰ ਵੀ ਅਪਰੂਵ ਹੋ ਕੇ ਆਏ ਹੋਏ ਹੈ। ਸੋ ਇਟ ਮੇਕਸ ਸੈਂਸ ਬਿਕੋਜ਼ If I have to do the file, I have to charge a lot more than average consultant. Average consultant in Punjab and even in Canada, they charge close to $1,000 or $2,000. Lakh rupay charge karne hai. Main lakh rupay vich kaam nahi kar sakda kyunki I have to use my special time on it. So I have to do some extraordinary things on the file, which normally people don't like to do. So is karke main apni fees thodi high rakhi hai. Meri service premium service hai. ਸੋ ਉਹ ਉਹਨਾਂ ਨੂੰ ਹੀ ਜਸਟੀਫਾਈ ਹੁੰਦੀ ਹੈ ਜਿਨ੍ਹਾਂ ਦੇ ਜਿਨ੍ਹਾਂ ਕੋਲ ਹੋਰ ਕੋਈ ਆਸ ਨਹੀਂ ਬੱਚੀ, ਜਿਹੜੇ ਆਲਰੇਡੀ ਡਿਪਰੈਸ ਹੋ ਚੁੱਕੇ ਹੈ, ਜਿਹੜੇ ਫਰਸਟ੍ਰੇਟ ਹੋ ਚੁੱਕੇ ਹੈ, ਤੇ ਉਹ ਜ਼ਿਆਦਾ ਡਿਪੈਂਡ ਕਰਦਾ। ਸੋ ਆਈ ਇਨ ਕੰਕਲੂਜਨ ਆਈ ਇਨਕਰੇਜ ਯੂ ਟੂ ਡੂ ਦ ਫਾਈਲ ਔਨ ਯੋਰ ਓਨ। ਜੇ ਅਗਰ ਫਾਈਲ ਰਿਫਿਊਜ਼ ਹੋ ਗਈ, ਦੈਨ ਆਫ ਕੋਰਸ ਯੂ ਕੈਨ ਅਪਰੋਚ ਮੀ ਲੇਟਰ ਔਨ, ਬਟ ਮਾਈ ਬਲੈਸਿੰਗਸ ਆਰ ਵਿਦ ਯੂ। ਐਕਚੁਅਲੀ ਸਰ ਮਤਲਬ ਹੁਣ ਟਾਈਮ ਹੀ ਇਦਾਂ ਦਾ ਮਾੜਾ ਚੱਲ ਰਿਹਾ, ਹੁਣ ਰਿਫਿਊਜ਼ ਹੋਣ ਦਾ ਡਰ ਮੈਂ ਲੈਣਾ ਨਹੀਂ ਚਾਹੁੰਦਾ ਸੀ ਕਿ ਐਵੇਂ ਰਿਫਿਊਜ਼ ਹੋਵੇ ਤੇ ਮੈਂ ਰਿਸਕ ਚਲਾਵਾਂ ਰਵਾਣਾ, ਕਿਉਂਕਿ ਟਾਈਮ ਬੜਾ ਕਈ ਲੋਕ ਮੈਨੂੰ ਪੁੱਛਦੇ ਆ ਕਿ ਮੇਰੀ ਸਰਵਿਸ ਇਹ ਨਹੀਂ ਹੈ ਕਿ ਵੀ ਮੇਰੇ ਇੱਕ ਫਲੈਟ ਸਰਵਿਸ ਹੈ ਕਿ ਵੀ ਇੱਕ ਜਿਸ ਤਰ੍ਹਾਂ ਯੂ ਨੋ ਇਟਸ ਨਾਟ ਲਾਈਕ ਫਲੈਟ ਰੇਟ ਪੀਜ਼ਾ ਕਿ ਵੀ ਹਰ ਇੱਕ ਪੀਜ਼ਾ ਇਸ ਦਾਮ 'ਤੇ ਵਿਕਣਾ ਹੈ। ਮਤਲਬ ਮਾਈ ਪ੍ਰਾਈਸ ਐਂਡ ਫੀਸ ਇਜ਼ ਡਿਫਰੈਂਟ ਫੋਰ ਡਿਫਰੈਂਟ ਕਲਾਇੰਟਸ, ਡਿਫਰੈਂਟ ਵਰਕ ਵਿਚ ਇਜ਼ ਰਿਕੁਆਇਰਡ ਟੂ ਡੂ, ਸੋ ਆਈ ਹੈਵ ਟੂ ਕਸਟਮਾਈਜ਼ ਮਾਈ ਪੈਕੇਜ ਫੋਰ ਯੂ ਨੋ ਕਲਾਇੰਟਸ ਡਿਫਰੈਂਟਲੀ। ਗੋ ਅਹੈਡ, ਯੂ ਹੈਡ ਸਮ ਕੁਐਸਚਨ। ਸਰ ਮੈਂ ਕਹਿ ਰਿਹਾ ਸੀ ਕਿ ਜਿਵੇਂ ਹੁਣ ਮੇਰੀ ਆਫਟਰ ਵੀਜ਼ਾ ਮੇਰੀ ਜਿਹੜੀ ਹੈ ਮੈਰਿਜ ਹੋਈ ਹੈ, ਤੇ ਮੈਨੂੰ ਸਰ ਐਕਸਟਰਾ ਮਤਲਬ ਇਦਾਂ ਮਤਲਬ ਮੈਂ ਕੀ ਪਰੂਫ ਕਰਾਂ ਕਿ ਉਹ ਮੈਰਿਜ ਜੈਨੂਇਨ ਪਰੂਫ ਹੋਵੇ? ਮੇਰੇ ਕੋਲ ਚੈਟਸ ਹਿਸਟਰੀ ਆ, ਪਿਕਸ ਆ, ਇਸ ਤੋਂ ਇਲਾਵਾ ਸਰ ਮੈਂ ਕੀ ਕਰ ਸਕਦਾ ਜਿਹਦੇ ਵਿੱਚ ਮੈਂ ਹੋਰ ਜੈਨੂਇਨਟੀ ਸ਼ੋਅ ਕਰ ਸਕਾਂ ਕਿ ਮੇਰਾ ਮੈਰਿਜ ਜੋ ਰੀਅਲ ਹੈ? ਐਕਚੁਅਲੀ ਸਰ ਹੈ ਵੀ ਰੀਅਲ ਹੈ, ਤੇ ਮੈਂ ਉਹਨੂੰ ਕਿਵੇਂ ਸਰ ਆਪਾਂ ਉਹਨੂੰ ਪਰੂਫ ਕਰੀਏ ਕਰ ਸਕਦੇ ਹਾਂ?
ਸਰ ਜੀ ਵੈਰੀ ਲਾਈਕਲੀ ਯੂ ਵਿਲ ਬੀ ਕਾਲ ਫੋਰ ਅ ਇੰਟਰਵਿਊ ਕਿਉਂਕਿ ਜਦ ਤੁਸੀਂ ਲੜਕੀ ਦੇ ਵੀਜ਼ਾ ਦੇ ਬਾਅਦ ਜਦ ਹਸਬੈਂਡ ਦੀ ਇੱਕ ਇਸ ਤਰ੍ਹਾਂ ਹੁੰਦਾ ਨਾ ਕਿ ਬਈ ਮੈਰਿਜ ਕਰ ਲਈ ਇੱਕ ਇਮੀਡੀਏਟਲੀ ਇਹਨੂੰ ਅਸੀਂ ਕਹਿੰਦੇ ਹਾਂ ਰੈਡ ਫਲੈਗ ਸ਼ੁਰੂ ਹੋ ਗਿਆ ਕਿ ਬਈ ਇਹ ਇਹਨੂੰ ਲੋਡ ਕੀ ਸੀ ਹੁਣ ਮੈਰਿਜ ਪਹਿਲਾਂ ਕਿਉਂ ਨਹੀਂ ਕਰਾਈ ਜਦ ਪਿਆਰ ਇੰਨਾ ਹੀ ਸੱਚਾ ਸੀ ਤੇ ਪਹਿਲਾਂ ਮੈਰਿਜ ਕਰਾ ਲੈਣੇ ਸੀ ਇੱਥੇ ਕੁੜੀ ਦਾ ਵੀਜ਼ਾ ਇੱਥੇ ਕੁੜੀ ਦਾ ਵੀਜ਼ਾ ਲੱਗਿਆ ਤੇ ਪਹਿਲਾਂ ਹੋ ਸਕਦਾ ਕਿਸੇ ਹੋਰ ਕੰਟਰੀ ਨੂੰ ਟੱਕਰਾਂ ਮਾਰ ਰਿਹਾ ਸੀ ਕਿ ਵੀਰੇ ਵੀਜ਼ਾ ਲੱਗਦਾ ਉੱਥੇ ਨਹੀਂ ਮਿਲਿਆ ਤੇ ਇੱਧਰ ਉਹਨਾਂ ਨੇ ਕੈਨੇਡਾ ਚੱਕਰ ਚਲਾ ਰਿਹਾ ਸੋ ਦਿਸ ਇਜ਼ ਅ ਬਿਗ ਕੁਐਸਚਨ ਰਾਈਟ ਔਨ ਦ ਟਾਪ ਇਹਨੂੰ ਤੁਸੀਂ ਐਕਸਪਲੇਨ ਤਾਂ ਹੀ ਕਰ ਸਕਦੇ ਹੋ ਜਦ ਤੁਸੀਂ ਇਹ ਸ਼ੋਅ ਕਰੋਗੇ ਕਿ ਵੀ ਤੁਹਾਡੀ ਰਿਲੇਸ਼ਨਸ਼ਿਪ ਕਈ ਸਾਲ ਤੋਂ ਪਹਿਲਾਂ ਤੋਂ ਚੱਲ ਰਹੀ ਹੈ ਸੋ ਉਹਦਾ ਜਿੰਨੇ ਵੀ ਤੁਹਾਡੇ ਕੋਲ ਪੁਖਤਾ ਸਬੂਤ ਹੋਣਗੇ ਦੈਟ ਇਜ਼ ਹਾਊ ਇਟ ਵਿਲ ਬੀ ਦੇ ਕਨਸਰਨਸ ਵਿਲ ਬੀ ਐਲੀਵੇਟਡ ਅਦਰਵਾਈਜ਼ ਦੇ ਵਿਲ ਨਾਟ ਬੀ ਕਨਵਿੰਸ ਇਵੈਂਚੁਅਲੀ ਦੇ ਵਿਲ ਕਾਲ ਯੂ ਫਾਰ ਇੰਟਰਵਿਊ ਇਵੈਂਚੁਅਲੀ ਐਂਡ ਦੇ ਵਿਲ ਆਸਕ ਯੂ ਲੋਟ ਆਫ ਕੁਐਸਚਨਸ ਅਬਾਊਟ ਦ ਵਾਈਫ ਸਰ ਪ੍ਰੂਫ ਦੇ ਵਿੱਚ ਸਰ ਜਿਵੇਂ ਹੁਣ ਮੇਰੇ ਕੋਲ ਪਿਕਸ ਹੈ ਚੈਟਸ ਹੈ ਜਾਂ ਟ੍ਰੈਵਲ ਹਿਸਟਰੀ ਹੈ ਉਹ ਮੇਰੇ ਤੋਂ ਇਸ ਤੋਂ ਇਲਾਵਾ ਸਰ ਮੈਂ ਕੀ ਕਰ ਸਕਦਾ ਮਤਲਬ ਇਹ ਤਾਂ ਮੇਰੇ ਕੋਲ ਹੈ ਹੀ ਹੈ ਓਬਵੀਅਸ ਪਰ ਇਸ ਤੋਂ ਇਲਾਵਾ ਤੁਹਾਡੀ ਕੋਈ ਗਾਈਡੈਂਸ ਹੋਵੇ ਕਿ ਆਹ ਚੀਜ਼ ਜ਼ਿਆਦਾ ਮਤਲਬ ਜੋ ਮੇਰੇ ਦਿਮਾਗ 'ਚ ਨਾ ਚੱਲ ਰਿਹਾ ਹੋਵੇ ਜਾਂ ਮੈਂ ਤੁਹਾਡੀ ਜੋ ਵੀਡੀਓ ਦੇਖ ਕੇ ਨਾ ਸਮਝ ਪਾਇਆ ਹੋਵਾਂ ਜਿੰਨੇ ਵੀ ਤੁਹਾਡੇ ਕੋਲ ਪ੍ਰੂਫ ਹੈ ਪ੍ਰੂਫ ਆਪਣੇ ਆਪ ਹੀ ਬੋਲਣਗੇ ਕਿ ਵੀ ਹਾਂ ਕਿਸ ਤਰ੍ਹਾਂ ਜਿਸ ਤਰ੍ਹਾਂ ਉਸ ਜ਼ਮਾਨੇ ਦੀ ਚੈਟ ਹੈ ਉਸ ਜ਼ਮਾਨੇ 'ਚ ਤੁਸੀਂ ਜੋ ਚੈਟਿੰਗ 'ਚ ਕਹਿ ਰਹੇ ਸੀ ਆਈ ਲਵ ਯੂ ਵਟ ਐਵਰ ਯੂ ਨੋ ਆਈ ਵਾਂਟ ਟੂ ਮੈਰੀ ਉਹਦੇ ਨਾਲ ਪਤਾ ਲੱਗਦਾ ਕਿ ਹਾਂ ਦੀ ਮੈਰਿਜ ਦੀ ਇੰਟੈਂਸ਼ਨ ਪਹਿਲਾਂ ਤੋਂ ਬਣੀ ਹੋਈ ਸੀ ਇਟ ਇਜ਼ ਆਲਸੋ ਪੋਸੀਬਲ ਕਿ ਤੁਸੀਂ ਔਨਲਾਈਨ ਮਿਲੇ ਜਦ ਤੁਸੀਂ ਫਿਜ਼ੀਕਲੀ ਮਿਲੇ ਤੇ ਤੁਹਾਡੇ ਦੋਸਤ ਵਗੈਰਾ ਕਿਸੇ ਨੂੰ ਪਤਾ ਹੋਏਗਾ ਉਹਨਾਂ ਤੋਂ ਵੀ ਤੁਸੀਂ ਐਫੀਡੇਵਿਟ ਲੈ ਸਕਦੇ ਹੋ ਕਿ ਆਈ ਨੋ ਕਿ ਦੇ ਵਰ ਇਨ ਰਿਲੇਸ਼ਨਸ਼ਿਪ ਦੈਟ ਟਾਈਮ ਬਿਫੋਰ ਈਵਨ ਪ੍ਰੋਸੀਡਿੰਗ ਟੂ ਕੈਨੇਡਾ ਸੋ ਦੈਟ ਇਜ਼ ਆਲਸੋ ਹੈਲਪਫੁਲ you know evidence but it's not an absolute of course but you know ek cheez sabit ho rahi hai ki marriage the intention jede romance the intention canada jaan to 2 saal pehla to shuru ho chuki si okay sir jeve odi friend di jeve ek marriage hoyi si apa ode vich vi apa gaye si sade ikatthe pics vi hagiyan apa odi affidavit laga sakde hain matlab bana odi bilkul kar sakde hain of course bilkul kar sakde ਸਰ ਇੱਕ ਮਤਲਬ ਲਾਸਟ ਕੁਐਸਚਨ ਹੈ ਇਹ ਕਿ ਜਿਵੇਂ ਸਰ ਉਹਨੇ ਕਾਲਜ ਚੇਂਜ ਕਰ ਲਿਆ ਉਹ ਕੋਈ ਪ੍ਰੋਬਲਮ ਤਾਂ ਨਹੀਂ ਸਰ ਕਰੂਗਾ ਕਿ ਉਹਨੇ ਕਾਲਜ ਕਿਉਂ ਚੇਂਜ ਕੀਤਾ ਪ੍ਰਾਈਵੇਟ ਕਾਲਜ ਗਵਰਨਮੈਂਟ ਕਾਲਜ ਦੇ ਕਿ ਯੂ ਕੈਨ ਚੇਂਜ ਐਨੀ ਕਾਲਜ ਇਫ ਯੂ ਵਾਂਟ ਕਿਉਂਕਿ ਇੱਥੇ ਸਰ ਬੜੇ ਕੰਸਲਟੈਂਟ ਆ ਜਿਹੜੇ ਮੈਨੂੰ ਇਸ ਗੱਲ ਤੇ ਬੜਾ ਡਰਾਉਂਦੇ ਆ ਕਿ ਨਹੀਂ ਉਹਨੇ ਕਾਲਜ ਚੇਂਜ ਕੀਤਾ ਹੁਣ ਤੂੰ ਫਸ ਗਿਆ ਮਤਲਬ ਹੁਣ ਤੂੰ ਬਹੁਤ ਗਲਤੀ ਕਰਦੀ ਨਹੀਂ ਫਸ ਅਗਰ ਫਸਣਾ ਕਿਸ ਤਰ੍ਹਾਂ ਹੈ ਸਟੂਡੈਂਟ ਦਾ ਮਨ ਹੈ ਅਗਰ ਜੇ ਸਟੂਡੈਂਟ ਨੂੰ ਇੱਕ ਯੂਨੀਵਰਸਿਟੀ ਨਹੀਂ ਪਸੰਦ ਆ ਸ਼ੀ ਕੈਨ ਜੰਪ ਟੂ ਡਿਫਰੈਂਟ ਯੂਨੀਵਰਸਿਟੀ ਇਫ ਦ ਲਾਸ ਪਰਮਿਟ ਇਫ ਦ ਸੈਕੰਡ ਯੂਨੀਵਰਸਿਟੀ ਇਜ਼ ਵਿਲਿੰਗ ਟੂ ਟੇਕ ਦੈਮ ਸੋ ਵਾਈ ਨਾਟ ਕੋਈ ਚੱਕਰ ਨਹੀਂ ਹੈ ਇਟ ਹੈਜ਼ ਨੋ ਇਫੈਕਟ ਔਨ ਯੂ ਹਾਂ ਮੈਂ ਉਹ ਦੱਸ ਸਕਦਾ ਕਿ ਜਿੱਥੇ ਇਫੈਕਟ ਹੋ ਜਾਏਗਾ ਅਗਰ ਸਟੂਡੈਂਟ ਪੜ੍ਹ ਨਹੀਂ ਰਹੀ ਅਗਰ ਸਟੂਡੈਂਟ ਫੇਲ ਹੋ ਰਹੀ ਹੈ ਅਗਰ ਸਟੂਡੈਂਟ ਫੇਲ ਹੋ ਰਹੀ ਹੈ ਉਸ ਤੋਂ ਪਹਿਲੇ ਕਾਲਜ ਤੋਂ ਕੱਢਦਾ ਤੇ ਫਿਰ ਉਹਨਾਂ ਨੇ ਕਿਹਾ ਕਿ ਵੀ ਸੌਰੀ ਯੂ ਕੈਨ ਨਾਟ ਸਟੱਡੀ ਦੈਨ ਸ਼ੀ ਜੰਪਸ ਟੂ ਸੈਕੰਡ ਕਾਲਜ ਐਂਡ ਦੇਅਰ ਅਗੇਨ ਸ਼ੀ ਇਜ਼ ਫੇਲਿੰਗ ਦੈਟ ਇਜ਼ ਅ ਕਨਸਰਨ ਕਿ ਯੂ ਨੋ whether you are now a genuine student at all to even sponsor your husband that's a different aspect nahi sir oh ta college first jehde college oh gayi hi nahi utthe ja ke unne refuse karta ki mainu eh college hi nahi changa lagya kyunki jinne vi utthe aa rahe si oh sare apna refund hi mangi aa rahe si even utthe purane college toda refund vi aa gaya kuch paise par eh sawal te tusi punjab de consultant nu puchya nahi ki tusi mera admission karaye kyun fir ਹਾਂ ਬਿਲਕੁਲ ਸਰ ਹੁਣ ਉਹ ਤਾਂ ਸਰ ਜਿਹਦੇ ਕੋਲ ਕਰਵਾਇਆ ਉਹ ਤਾਂ ਹੁਣ ਪਿੱਛੇ ਹੀ ਹਟ ਗਏ ਨਾ ਉਹ ਕਹਿੰਦੇ ਸਪਾਊਸ ਵੀਜ਼ਾ ਪਹਿਲਾਂ ਮੈਨੂੰ ਉਹ ਕਹਿੰਦੇ ਸੀ ਕਿ ਇੱਕ ਮਹੀਨੇ ਬਾਅਦ ਤੇਰਾ ਅਪਲਾਈ ਕਰਕੇ ਤੈਨੂੰ ਭੇਜ ਦਾਂਗੇ ਜਦ ਮੈਨੂੰ ਕੋਲ ਇੱਕ ਮਹੀਨੇ ਬਾਅਦ ਗਿਆ ਮੈਨੂੰ ਹੁਣ ਕਹਿੰਦੇ ਇੱਕ ਸਮੈਸਟਰ ਤੋਂ ਬਾਅਦ ਆਈ ਤੂੰ ਹੁਣ ਇਸ ਤੋਂ ਨਹੀਂ ਅਪਲਾਈ ਕਰ ਸਕਦਾ ਤੂੰ ਫਸ ਜਾਏਗਾ ਦੇਖੋ ਗੱਲ ਤੇ ਇਹੀ ਹੈ ਨਾ ਕਿ ਇਹਦੇ ਬਾਰੇ ਮੈਂ ਕਈ ਵਾਰ ਮੈਂ ਥੋੜ੍ਹਾ ਜਿਹਾ ਡਿਸਕਸ਼ਨ ਕਰ ਚੁੱਕਿਆ ਇਹਦੇ ਬਾਰੇ ਕਿ ਜਿੰਨੇ ਵੀ ਸਟੱਡੀ ਕੰਸਲਟੈਂਟ ਹੈ ਭਾਵੇਂ ਉਹ ਪੰਜਾਬ ਹੈ ਪੰਜਾਬ ਤੋਂ ਬਾਹਰ ਹੈ ਦੈਟਸ ਇਟ ਇਹਨਾਂ ਦਾ ਜਿਹੜਾ ਸਿਰਫ ਫੋਕਸ ਇਹ ਹੈ ਕਿ ਵੀ ਕਮਿਸ਼ਨ ਦੀ ਕਮਾਈ ਹੋ ਜਾਏ ਕਾਲਜ ਤੋਂ ਬਿਲਕੁਲ ਸਰ ਬਿਲਕੁਲ ਇੱਕ ਵਾਰ ਕਲਾਇੰਟ ਆ ਗਿਆ ਤੁਹਾਡੇ ਆਫਿਸ ਆ ਗਿਆ ਉਹਨੂੰ ਕਿਹਾ ਕਿ ਭਾਜੀ ਅਸੀਂ ਜਾਣਾ ਹੈ ਕੈਨੇਡਾ ਚੱਲ ਵੀ ਤੇਰਾ ਕਰਾ ਦਿੰਦੇ ਜਿੱਥੇ ਸਾਨੂੰ ਵਧੀਆ ਕਮਿਸ਼ਨ ਮਿਲ ਰਹੀ ਹੈ ਬਿਲਕੁਲ ਸਰ ਗਾਂ ਜਾ ਕੇ ਉੱਥੇ ਤੁਹਾਨੂੰ ਵਰਕ ਪਰਮਿਟ ਮਿਲਣਾ ਨਹੀਂ ਮਿਲਣਾ ਕਾਲਜ ਵੀ ਕੀ ਫੈਸਿਲਿਟੀ ਹੈ ਵੀ ਡੋਂਟ ਕੇਅਰ ਉਹਨਾਂ ਨੇ ਕਿਹਾ ਵੀ ਤੁਹਾਨੂੰ ਅਸੀਂ ਵੀਜ਼ਾ ਲਾ ਕੇ ਤੋਰਤਾ ਇੱਥੇ ਦੈਟ ਇਜ਼ ਯੂ ਆਰ ਡਨ ਐਂਡ ਦੈਟ ਇਜ਼ ਅ ਪ੍ਰੋਬਲਮ ਬਿਕੋਜ਼ ਆਫਟਰ ਯੂ ਆਰ ਡਨ ਆਫਟਰ ਯੂ ਆਰ ਟੇਕ ਦ ਫਲਾਈਟ ਉਹਦੇ ਬਾਅਦ ਏਜੰਟ ਨੇ ਤੁਹਾਡੀ ਕੋਈ ਬਾਣੀ ਫੜਨੀ ਮਤਲਬ ਦਿਸ ਇਜ਼ ਅ ਮੇਜਰ ਪ੍ਰੋਬਲਮ ਵਿਚ ਨੋਬਡੀ ਯੂ ਨੋ ਲਾਈਕ ਟੂ ਹੀਅਰ ਫਰਮ ਮੀ ਬਿਲਕੁਲ ਸਰ ਮੇਰੇ ਨਾਲ ਵੀ ਇਦਾਂ ਹੀ ਕੁਝ ਹੋਇਆ ਸਰ ਉਹ ਮੈਨੂੰ ਤਾਂ ਕਹਿੰਦੇ ਸੀ ਕਿ ਮਹੀਨੇ ਬਾਅਦ ਤੋਂ ਚਲਾ ਜਾਏਗਾ ਕੋਈ ਗੱਲ ਹੀ ਕੋਈ ਨਹੀਂ ਚੱਕਰ ਹੀ ਕੋਈ ਨਹੀਂ ਹੁਣ ਮੈਨੂੰ ਕਹਿਣ ਲੱਗੇ ਸਮੈਸਟਰ ਤੋਂ ਬਾਅਦ ਜਾਏਗਾ ਪਤਾ ਨਹੀਂ ਸਰ ਇੱਥੇ ਹੁਣ ਆਈ ਡੋਂਟ ਨੋ ਕਿ ਠੀਕ ਹੈ ਜਾਂ ਨਹੀਂ ਹੈ ਤੇ ਲੋਕੀ ਕਹਿੰਦੇ ਸਮੈਸਟਰ ਤੋਂ ਬਾਅਦ ਆਈ ਹੈਵ ਸੋ ਮੈਨੀ ਐਗਜ਼ਾਮਪਲਸ ਐਂਡ ਮੈਨੀ ਆਫ ਦੇਮ ਔਨ ਯੂਟਿਊਬ ਆਈ ਹੈਵ ਸੋ ਮੈਨੀ ਐਗਜ਼ਾਮਪਲਸ ਵੇਅਰ ਹਸਬੈਂਡ ਐਂਡ ਵਾਈਫ ਗਾਟ ਦ ਵੀਜ਼ਾ ਟੂਗੇਦਰ ਵਾਈਫ ਦਾ ਸਟੱਡੀ ਵੀਜ਼ਾ ਤੇ ਵਾਈਫ ਤੇ ਹਸਬੈਂਡ ਦਾ ਜੋ ਓਪਨ ਸਪਾਊਸ ਜੋ ਪਰਮਿਟ ਹੈ ਦੇ ਗਾਟ ਟੁਗੇਦਰ ਐਟ ਦ ਸੇਮ ਟਾਈਮ ਦੇਰ ਇਜ਼ ਨੋ ਲਾ ਦੇਰ ਇਜ਼ ਨੋ ਰੈਗੂਲੇਸ਼ਨ ਵਿਚ ਸੇਜ਼ ਦੈਟ ਯੂ ਕੈਨ ਨਾਟ ਅਪਲਾਈ ਟੁਗੇਦਰ ਪ੍ਰੋਵਾਈਡਡ ਯੂ ਕੈਨ ਪ੍ਰੂਵ ਯੋਰ ਮੈਰਿਜ
ਮੈਰਿਜ ਪਹਿਲਾਂ ਕਰ ਲੈਣੇ ਆ ਕਿ ਤੁਸੀਂ ਸਾਡੀ ਅਗਰ ਇਕੱਠੇ ਭੇਜ ਦਿਓ ਇਸ ਤੋਂ ਵਧੀਆ ਗੱਲ ਕੋਈ ਨਹੀਂ ਹੋ ਸਕਦੀ ਆਪਾਂ ਫਸਣਾ ਨਹੀਂ ਹੈਗਾ ਉਹਨਾਂ ਨੇ ਸਾਨੂੰ ਸਗੋਂ ਐਡਵਾਈਸ ਕੀਤਾ ਕਿ ਮੈਰਿਜ ਬਾਅਦ ਚੋਂ ਕਰੇ ਹਾਲੇ ਟੈਨਸ਼ਨ ਨਾ ਲਓ ਤੁਸੀਂ ਮੈਰਿਜ I differ in this legal interpretation. Mere khayal hai ki agar tusi marriage agar 6 mahina pehla kar lende at least I mean let's say bilkul sir is waqt you would have been in Canada with your wife right now bilkul sir te sir unna ne ta mainu even inna bhi dara ditta bhi kehnde bhi teri agge ja ke jehdi teri wife thi oh PR bhi bahut mushkil ho jani kyunki ohne college change kar liya tu tourist visa te ja that is a different issue so bilkul sir it is based on an assumption ki theek hai ohdi padhai da kuch time agar je unne chalo ohde itthe to unne padhai kiti nahi na unne nahi sir kiti nahi agar je koi agar private college vich agar ek semester waste karda hunde it would have just delayed a little more 6 mahine gaddi hor late jandi bas aur koi cheez nahi theek hai sir mere bas sir basic je question si sir jehde aa si mainu samajh nahi aa raha si ki file sir genuine lagu gi ya nahi lagu gi kyunki mainu itthe bahut uljha dende sir har banda alag gal kehnda hai itthe sir aapa kisi nu pata karan jaane ha te oh kehnde hai ki spouse visa ta lagne hi band ho gaye 2018 to baad tusi tourist visa ja ke apply karo galat hai mere kol te example I have practical examples of people who got the spouse visa after 2018 and they are right now in Canada I have so many examples of real physical examples on other clients you know I know them personally sir main ta hun kise da naam nahi lenda sir itthe main kise nu hune 10 din pehla call kiti oh mainu kehn lag gayi mera ladan lag gayi kehndi ada da koi rule hi nahi hai spouse visa lag jaye ek saal baad tu spouse visa apply kar sakda tu tourist visa jaate main unna se koi bahasan lag gaya is gal te main kehta mainu CIC site te rule padha main padha likha banda main koi anpadh banda thodi te jo marzi samjhai ave mainu te fir oh mena ladan lal lod ke unne call hi katti chalo tusi unnu kaha aaj aa jehda ਆ ਵੀਡੀਓ ਨੂੰ ਕਾਹ ਨੂੰ ਫਾਰਵਰਡ ਕਰ ਦੇਣਾ ਕੋਈ ਗੱਲ ਨਹੀਂ ਠੀਕ ਹੈ ਸਰ ਥੈਂਕ ਯੂ ਵੈਰੀ ਮਚ ਮੇਰਾ ਪ੍ਰੋਬਲਮ ਐਕਚੁਅਲੀ ਕਈ ਕੰਸਲਟੈਂਟ ਮੇਰੇ ਅਗੇਂਸਟ ਹੋ ਜਾਂਦੇ ਕੋਈ ਕਹਿੰਦੇ ਤੁਸੀਂ ਮੇਰਾ ਬਿਜ਼ਨਸ ਖਰਾਬ ਕਰਦੇ ਆ ਗਲਤ ਟ੍ਰਾਈਂਗ ਟੂ ਯੂ نو ਸਟੀਲ ਦਾ ਕਲਾਇੰਟਸ ਵਿਚ ਇਜ਼ ਨਾਟ ਮਾਈ ਇੰਟੈਂਸ਼ਨ ਠੀਕ ਹੈ ਸਰ ਐਨੀਵੇ ਥੈਂਕ ਯੂ ਵੈਰੀ ਮਚ ਥੈਂਕ ਯੂ ਸਰ ਥੈਂਕ ਯੂ ਸੋ ਨਾਈਸ ਟੂ ਟਾਕ ਟੂ ਯੂ ਥੈਂਕ ਯੂ ਵੈਰੀ ਮਚ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਬਾਏ ਬਾਏ